ਸਾਸ਼ੀ ਗਰ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਤੇ ਅੱਜ ਮੈਂ ਤੁਹਾਡੇ ਨਾਲ ਕੁਝ ਫਨੀ ਇਨਸੀਡੈਂਟ ਸ਼ੇਅਰ ਕਰਨ ਵਾਲੀ ਆਂ ਜੋ ਕਿ ਮੇਰੇ ਹਸਬੰਡ ਦੇ ਨਾਲ ਹੋਇਆ ਹੈ ਤੇ ਚਲੋ ਜੀ ਸੁਣੋ ਤੁਸੀਂ ਫਨੀ ਇਨਸੀਡੈਂਟ ਮੇਰੇ ਹਸਬੰਡ ਦੀ ਜ਼ੁਬਾਨੀ ਹਾਂਜੀ ਦੱਸੋ ਜੀ ਸਾਸਰੀਕਲ ਦੋਸਤੋ ਕੀ ਹਾਲ ਹੈ ਜੀ ਮੈਂ ਤੁਹਾਡੇ ਨਾਲ ਇੱਕ ਫਨੀ ਇਨਸੀਡੈਂਟ ਸ਼ੇਅਰ ਕਰਨ ਜਾ ਰਿਹਾ ਹਾਂ ਜੀ ਇਹਨੂੰ ਤੁਸੀਂ ਐਜ਼ ਅ ਫਨੀ ਵੀ ਲੈ ਸਕਦੇ ਹੋ ਤੇ ਜਾਂ ਇਹ ਵੀ ਸੋਚ ਸਕਦੇ ਹੋ ਕਿ ਮੇਰੀ ਇਨਸਲਟ ਹੋਈ ਇਹ ਮੈਂ ਇਹ ਕੋਈ ਮਨ ਘੜਤ ਸਟੋਰੀ ਨਹੀਂ ਹੈਗੀ ਇਹ ਰੀਅਲ ਇਨਸੀਡੈਂਟ ਮੈਂ ਪੇਸ਼ ਕਰ ਰਿਹਾ ਹਾਂ ਸੁਣਾ ਰਿਹਾ ਤੁਹਾਨੂੰ ਕੋਈ ਵਿਊਜ਼ ਲੈਣ ਵਾਸਤੇ ਨਹੀਂ ਦੱਸ ਰਿਹਾ ਮੈਂ ਸੱਚੀ ਗੱਲ ਆ ਗੌਰ ਕਰਿਓ ਜਰਾ ਇਹ ਮੈਂ ਨਾ ਆਈਸ ਦਾ ਐਗਜ਼ਾਮ ਦੇਣ ਜੰਮੂ ਗਿਆ ਅੱਜ ਤੋਂ ਦੋ ਦੋਟਾ ਹੀ ਸਾਲ ਪਹਿਲਾਂ ਦੀ ਗੱਲ ਆ ਤੇ ਉੱਥੇ ਮੇਰਾ ਨਾ ਇਨਸੀਡੈਂਟ ਕੀ ਵਾਪਰਿਆ ਕਿ ਮੈਂ ਸਪੀਕਿੰਗ ਦੀ ਮੇਰੇ ਨਾ ਸਪੀਕਿੰਗ ਦਾ ਐਗਜ਼ਾਮ ਹੈ ਮੇਰਾ ਜੰਮੂ ਵਿੱਚ ਤੇ ਆਇਲਟਸ ਬਾਰੇ ਮੈਨੂੰ ਨੌਲੇਜ ਨਹੀਂ ਹੈਗੀ ਨੇ ਕੋਈ ਜ਼ਿਆਦਾ ਨੌਲੇਜ ਨਹੀਂ ਹੈਗੀ ਹੈਗੀ ਕਿ ਟਾਸਕ ਵਗੈਰਾ ਥੋੜਾ ਬੋਤਾ ਵੇਖਿਆ ਹੈ ਚਲੋ ਇਹ ਥੋੜਾ ਜਿਹਾ ਲਾਇਆ ਹੈ ਪਰ ਬੇਸਿਕ ਜ਼ਿਆਦਾ ਕੀਤਾ ਹੈ ਚਲੋ ਆਪਣੇ ਸੈਂਟੈਂਸ ਫਾਰਮੇਸ਼ਨ ਵਾਸਤੇ ਤੇ ਆਇਲਟਸ ਦਾ ਥੋੜਾ ਫੰਡਾ ਅਲੱਗ ਹੁੰਦਾ ਹੈ ਤੇ ਪਹਿਲੀ ਵਾਰ ਚਲ ਗਿਆ ਮੈਂ ਕਿ ਸ਼ਾਇਦ ਬੈਂਡ ਆ ਜਾਣਗੇ ਕਹਿੰਦੇ ਜੰਮੂ ਬੈਂਡ ਆ ਜਾਂਦੇ ਨੇ ਇੱਕ ਭੁਲੇਖਾ ਜਿਹਾ ਮਨ ਵਿੱਚ ਦੋਸਤਾਂ ਵੀ ਤਰ੍ਹਾਂ ਗਿਆ ਕਿ ਆ ਜਾਂਦੇ ਨੇ ਚਲੋ ਗਏ ਉੱਥੇ ਤੇ ਮੇਰੀ ਵਾਰੀ ਆ ਗਈ ਇਹ ਸਪੀਕਿੰਗ ਵਾਸਤੇ ਟਾਸਕ 2 ਹੀ ਟਾਸਕ 2 ਵਿੱਚ ਅੱਧਾ ਸਕਿੰਟ ਅੱਧਾ ਮਿੰਟ ਦਿੰਦੇ ਨੇ ਆਪਣਾ ਟੋਪਿਕ ਪੂਰਾ ਨਾ ਆਪਣੇ ਹਿੰਟ ਲਿਖਣ ਵਾਸਤੇ ਲਿਖਣ ਵਾਸਤੇ ਮੈਂ ਅੱਧਾ ਮਿੰਟ ਲਿਖਿਆ ਹਿੰਟ ਤੋਂ ਉੱਥੇ ਮੈਡਮ ਜਿਹੜੀ ਸਪੀਕਿੰਗ ਲੈ ਰਹੀ ਬਹੁਤ ਸੋਹਣੀ ਬਹੁਤ ਖੂਬਸੂਰਤ ਸੀ ਤੁਸੀਂ ਕੁੜੀਆਂ ਵੇਖ ਰਹੀ ਸੀ ਇਹ ਸਾਊਥ ਇੰਡੀ ਨਹੀਂ ਤੇ ਬਹੁਤ ਮੌਲ ਜਿਹਦਾ ਐਕਟ੍ਰੈਸ ਹੁੰਦੀਆਂ ਬਾਲੀਵੁੱਡ ਇਹਦਾ ਹੀ ਉਹਦੀ ਲੁੱਕ ਤੇ ਕੀ ਬਾਤ ਹੈ ਜਿਹਨੂੰ ਕਹਿ ਸਕਦੇ ਤੇ ਮੈਂ ਜਦੋਂ ਉੱਥੇ ਗਿਆ ਤੇ ਮੈਡਮ ਨੇ ਚਲੋ ਟਾਸਕ 1 ਹੋ ਗਿਆ ਟਾਸਕ 2 ਦੀ ਵਾਰੀ ਆਈ ਤੇ ਹਿੰਟ ਲਿਖੇ ਮੈਂ ਉਹਦੇ ਬੋਲਣ ਵਾਸਤੇ ਟੌਪਿਕ ਮੈਨੂੰ ਸ਼ਾਇਦ ਹਿਸਟੋਰੀਕਲ ਪਲੇਸਿਸ ਰਿਲੇਟਡ ਮਿਲਿਆ ਹੈ ਮੈਂ ਉਹਦੇ ਹਿੰਟ ਲਿਖ ਲਏ ਉਹਨੇ ਮੈਨੂੰ ਇਹ ਪੇਪਰ ਦਿੱਤਾ ਇੱਕ ਬਲੈਂਕ ਪੇਪਰ ਤੇ ਨਾਲ ਪੈਨਸਲ ਦਿੱਤੀ ਮੈਨੂੰ ਪੈਨਸਲ ਵਿੱਚ ਮੈਂ ਟੋਪਿਕ ਪੈਨਸਲ ਨਾਲ ਨਾ ਟੋਪਿਕ ਲਿਖ ਲਏ ਪੇਪਰ ਉੱਤੇ ਤੇ ਜਦੋਂ ਮੈਂ ਆਪਣਾ ਟੋਪਿਕ ਕਲੀਅਰ ਕੀਤਾ ਉਹਨੇ ਕਿਹਾ ਕਿ ਤੁਹਾਡਾ ਟਾਈਮ ਸਟਾਰਟ ਹੁੰਦਾ ਹੈ ਤੇ ਮੈਂ ਆਪਣਾ ਟੋਪਿਕ ਬੋਲਣਾ ਸਟਾਰਟ ਕੀਤਾ 2 ਮਿੰਟ ਹੋ ਗਏ ਚੱਲੋ ਉਹਨੇ ਸਟਾਪ ਕਰਤਾ ਉਸ ਤੋਂ ਬਾਅਦ ਕਾਗਜ਼ ਤੇ ਲਿਖਣ ਕੁਝ ਲਿਖਣਾ ਹੀ ਉਹਨੇ ਸ਼ਾਇਦ ਬੈਂਡ ਜਾਂ ਟਾਈਮਿੰਗ ਲਿਖਣੀ ਹੋਏਗੀ ਕਿੰਨਾ ਚਿਰ ਬੋਲਿਆ ਕਿੰਨਾ ਟਾਈਮ ਨੇ ਬੋਲੇ ਆਇਆ ਤੇ ਉਹਨੇ ਥੱਲੇ ਲਿਖਦੇ ਲਿਖਦੀ ਨੇ ਨਾ ਇਹ ਉਹ ਨਾਲ ਲੇਖ ਲੇਖ ਰਹੀ ਤੇ ਉਹਨੇ ਐਉਂ ਹੱਥ ਕੀਤਾ ਲਿਖਦੀ ਦੇਦੀ ਜਿਦਾਂ ਐਉਂ ਲੇਖ ਰਹੀ ਤੇ ਐਉਂ ਹੱਥ ਕੀਤਾ ਮੈਂ ਕੰਫਿਊਜ਼ ਹੋ ਕਿ ਕਿ ਇਹ ਨਿਆ ਕੀ ਹੱਥ ਐਉਂ ਕਰਤਾ ਕੀ ਮਤਲਬ ਇਹਦਾ ਕੋਮਨ ਜੀ ਗੱਲ ਆ ਕਿ ਅਸੀਂ ਪੰਜਾਬੀ ਕਿਸੇ ਤੋਂ ਚੀਜ਼ ਮੰਗਦੇ ਆ ਇਸ਼ਾਰਿਆਂ ਨਾਲ ਜਾਂ ਫਿਰ ਕਹਿ ਦਿੰਦੇ ਆ ਇਦਾਂ ਕਰਕੇ ਤੇ ਜਾਂ ਫਿਰ ਐਉਂ ਕਹਿ ਦਿੰਦੇ ਆ ਐਉਂ ਹੱਥ ਨਾਲ ਇਸ਼ਾਰਾ ਕਰਾਂਗੇ ਕਿ ਆਹ ਚੀਜ਼ ਫੜਾ ਦੇ ਮੈਨੂੰ ਉਹਨਾਂ ਦਾ ਆਪਣਾ ਅੰਦਾਜ਼ ਹੋਊਗਾ ਸਮਝ ਲੇਟ ਆਇਆ ਮੈਨੂੰ ਉਹਨੇ ਐਵੇਂ ਹੱਥ ਕੀਤਾ ਮੇਰੇ ਅੱਗੇ ਜਿਵੇਂ ਕਿਸੇ ਨਾਲ ਹੱਥ ਮਲਾਈਦਾ ਨਾ ਪੰਜਾਬੀ ਉਹ ਹੱਥ ਛੋਟੀ ਆ ਰਿਹਾ ਹੈ ਇਹਦਾ ਹੱਥ ਖਰੀਦਾ ਹੈ ਉਹਨੇ ਐਵੇਂ ਹੱਥ ਕੀਤਾ ਮੈਂ ਪਹਿਲਾਂ ਕੰਫਿਊਜ਼ ਹੋ ਗਿਆ ਠਾ ਤੇ ਮੈਂ ਜੈਕਟ 'ਵਜਹ ਹੱਥ ਪਏ ਠੰਡੀ ਸੀ ਉਦੋਂ ਜੈਕਟ 'ਚ ਹੱਥ ਪਏ ਮੈਂ ਹੱਥ ਕੱਢਿਆ ਜੈਕਟ ਤੇ ਜੇਬ 'ਚੋਂ ਹੱਥ ਫੜਿਆ ਉਹਦਾ ਮਲਾਉਣ ਵਾਸਤੇ ਹੱਥ ਤੇ ਹੈਂਡਸ਼ੇਕ ਕਰਨ ਵਾਸਤੇ ਹੱਥ ਮੈਂ ਪਰਾਹਲਾ ਜਵਰ ਨਾਲ ਉਹ ਕੰਫਿਊਜ਼ ਹੋ ਗਿਆ ਤੁਰੇ ਉੱਡ ਗਿਆ ਉਹਦੇ ਉਹਨੇ ਹੱਥ ਐਵੇਂ ਕੀਤਾ ਬੜੀ ਜ਼ੋਰ ਨਾਲ ਹੱਥ ਪਰਾਂ ਕੀਤਾ ਮੈਂ ਵੀ ਡਰ ਗਿਆ ਕਿ ਚੱਕਰ ਕੀ ਹੋ ਗਿਆ ਏ ਯਾਰ ਕਿਤੇ ਮਾਰ ਨਾ ਪੈ ਜੇ ਮੈਨੂੰ ਇਹ ਕਿ ਚੱਕਰ ਕੀ ਬਣ ਗਿਆ ਏ ਤੇ ਮੈਂ ਡਰ ਗਿਆ ਉਹਦੇ ਵੀ ਪਹਿਲਾਂ ਤੋਤੇ ਉੱਡ ਗਿਆ ਕਿ ਨੇ ਕੀਤਾ ਕੀ ਮਤਲਬ ਤੇ ਮੈਂ ਮੈਂ ਕਿਹਾ ਸੋਰੀ ਮੈਮ ਉਹਨਾਂ ਨੇ ਹਾਸਾ ਨਹੀਂ ਕੰਟਰੋਲ ਹੋ ਰਿਹਾ ਚਲੋ ਕੰਟਰੋਲ ਕੀਤਾ ਵਿਚਾਰੀ ਨੇ ਤੇ ਤਨਹੋਸ ਆ ਜਾਆ ਚੱਲ ਹੱਸ ਰਹੀ ਐ ਨਣੀ ਕੀਤਾ ਉਹਨੇ ਕਿ ਹਰ ਕਤਮੜੀ ਕੀਤੀ ਰੋਣ ਨਹੀਂ ਪਾਇਆ ਉਹਨੇ ਤੇ ਮੈਂ ਬੜਾ ਸ਼ਰਮਿੰਦਾ ਆਪਣੇ ਆਪ ਤੇ ਬਹੁਤ ਜ਼ਿਆਦਾ ਤੇ ਉਸ ਤੋਂ ਬਾਅਦ ਮੈਡਮ ਨੇ ਮੈਨੂੰ ਕੁਝ ਲਿਖਿਆ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਹੱਸਦਿਆਂ ਜੀਨ ਕਹਤਾ ਕਿ ਥੈਂਕ ਯੂ ਤੇ ਮੈਂ ਵੀ ਬੜਾ ਮੈਂ ਬਹੁਤ ਮਲਕ ਸ਼ਰਮਿੰਦਗੀ ਮਹਿਸੂਸ ਕਰ ਰਹੀ ਥੱਲੇ ਆਣ ਕੇ ਮੈਂ ਨਾ ਆਪਣੇ ਫਰੈਂਡ ਨਾਲ ਗੱਲ ਕੀਤੀ ਕਿ ਇਹ ਬਣਾ ਵਰਤਿਆ ਭਰਾਵਾ ਬੈਂਡ ਬੂਣ ਨਹੀਂ ਹੋਣੇ ਤੇ ਚਲੋ ਪੂਰੀ ਬੱਸ ਵਿੱਚ ਮੈਂ ਇਹੀ ਸੋਚਦਾ ਆ ਕਿ ਕਾਰਨਾਮਾ ਕੀ ਕਰ ਰਿਹਾ ਮੈਂ ਮੈਨੂੰ ਪਤਾ ਨਹੀਂ ਲੱਗਾ ਕਿ ਉਹਨੇ ਐਵੇਂ ਹੱਥ ਕੀਤਾ ਤੇ ਮੈਂ ਹੱਥ ਮਲਾਤਾ ਚਲੋ ਹੋ ਗਿਆ ਪਰ ਅੱਜ ਤੱਕ ਜਦੋਂ ਇਹ ਇਨਸੀਡੈਂਟ ਮੈਂ ਯਾਦ ਕਰਦਾ ਹਾਂ ਮੈਨੂੰ ਖੁਦ ਤੇ ਹਾਸਾ ਆਉਂਦਾ ਮੈਂ ਜਾਕੀਆ ਪਾਤਰ ਬਣ ਗਿਆ ਮੈਂ ਉੱਥੇ ਤੇ ਚਲੋ ਇਹ ਇਹ ਰੀਅਲ ਸਟੋਰੀ ਹੀ ਤੁਹਾਨੂੰ ਸ਼ੇਅਰ ਕੀਤੀ ਕੋਈ ਵਿਊਜ਼ ਲੈਣ ਵਾਸਤੇ ਨਹੀਂ ਕੀਤੀ ਤੇ ਜੇ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਨਹੀਂ ਵਧੀਆ ਲੱਗੇ ਤੇ ਡਿਸਲਾਈਕ ਵਾਲਾ ਬਟਨ ਤੇ ਹੈਗਾ ਹੀ ਉੱਥੇ ਉਹ ਪਤਾ ਪੜਿਓ ਉਹ ਤਾਂ ਮੇਰਾ ਫੇਵਰਟ ਹੈ ਆ ਤੇ ਚਲੋ ਉਦਾਂ ਵੀ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਮੈਂ ਹਾਸੇ ਵਾਲੀ dislike ਬਟਨ ਤੋਂ ਮੈਨੂੰ ਯਾਦ ਆਇਆ ਮੇਰਾ ਨਾ ਸੌਂਗ ਆਇਆ ਸੀ 2018 ਵਿੱਚ ਆਇਆ ਹੈ ਨਾ ਵੀਡੀਓ ਵੀਡੀਓ ਸੌਂਗ ਉਹ ਦਿਨ ਰਿਕਾਰਡਿੰਗ ਹੋਈ 2014 ਵਿੱਚ ਵੀਡੀਓ ਹੋਈ 2018 ਵਿੱਚ ਸੈੱਟ ਸੌਂਗ ਹੀ ਅਥਰੂ ਸੌਂਗ ਹੁਣ ਤੁਸੀਂ ਕਹਿੰਦੇ ਕਿ ਸੌਂਗ ਦੀ ਪ੍ਰੋਮੋਸ਼ਨ ਕਰ ਰਿਹਾ ਏਦਾਂ ਹੀ ਸਮਝ ਸਕਦੇ ਹੋ ਤੇ ਉਹ ਸੌਂਗ ਆਇਆ ਤੇ ਚਲੋ ਬੜਾ ਸ਼ੇਅਰ ਕੀਤਾ ਤੇ ਉਹਨੇ ਡਿਸਲਾਈਕ ਆਗੇ ਕਾਫੀ ਜ਼ਿਆਦਾ ਚਲੋ ਲਾਈਕ ਤੇ ਹੈਗੇ ਹੀ ਕਾਫੀ ਜ਼ਿਆਦਾ ਡਿਸਡਿਸਲਾਈਕ ਵੀ ਆ ਗਏ 20 ਦੇ ਲੱਗੇ ਜage ਚੱਲੋ ਆ ਗਏ ਡਿਸਲਾਈਕ ਮੈਂ ਇੱਕ ਬੰਦੇ ਚੱਲੋ ਹੁਣ ਕਿ ਨਹੀਂ ਪਸੰਦ ਹੁੰਦਾ ਕਈਆਂ ਨੂੰ ਹੁਣ ਕੀ ਚੱਲੋ ਐਂ ਕੀ ਕਰਨਾ ਇਦਾਂ ਨੇ ਮੈਂ ਸੋਚਿਆ ਕਿ ਆਪਣੇ ਫਰੈਂਡ ਨੂੰ ਮੈਂ ਕਿਹਾ ਇੱਕ ਮੇਰਾ ਫਰੈਂਡ ਹੀ ਉਹਨੂੰ ਮੈਂ ਕਿਹਾ ਕਿ ਯਾਰ ਮੇਰੀ ਵੀਡੀਓ ਆਈ ਹੈ ਤੇ ਸੁਣਿਆ ਗਿਆ ਕਹਿੰਦਾ ਨਹੀਂ ਮੈਂ ਨਹੀਂ ਸੁਣਿਆ ਕਹਿੰਦਾ ਨਹੀਂ ਮੈਨੇ ਸੁਣਿਆ ਮੈਂ ਪੋਸਟਰ ਆ ਕਹ ਉਹ ਪੋਸਟਰ じゃ ਕਹਿੰਦਾ ਵੇਖਿਆ ਸੀ ਮੈਂ ਤੇ ਮੈਂ ਸੁਣਿਆ ਨਹੀਂ ਕੀਤਾ ਮੈਨੂੰ ਨਹੀਂ ਪਤਾ ਮੈਂ ਮਮਾ ਤੋਂ ਹੁਣ ਤੇ ਲੈਣਾ ਹੀ ਤੇ ਕਹਿੰਦਾ ਚੱਲ ਮੈਨੂੰ ਉਹਦੀ YouTube ਤੇ ਉਹ ਮੈਨੂੰ ਫੋਨ ਨਾ ਦਵੇ ਆਪਣਾ ਮੈਂ ਚੱਲ ਵਿਊ ਵਧਾਉਣੇ ਆਪੇ ਜਿਹੜੇ ਹੁੰਦੇ ਬਾਥਰੂਮ ਸਿੰਗਰ ਤੇ ਇਦਾਂ ਵਿਊ ਵਧਾਉਂਦੇ ਆਪਣੇ ਤੇ ਵਿਊ ਵਧਾਏ ਵਧਾਉਣ ਵਾਸਤੇ ਮੈਂ ਫੋਨ ਉਹਦੇ ਕੋਲ ਧੱਕੇ ਨਾ ਧੱਕੇ ਛਾਈ ਨਾ ਫੋਨ ਖੋਲਿਆ ਉਹਦੇ ਕੋਲ ਮੈਂ YouTube ਤੇ ਆਪਣਾ ਗਾਣਾ ਸੱਤੇ ਕਿਤਾ ਖੋਲਿਆ ਤਾਂ ਡਿਸਲਾਈਕ ਵੱਜਾ ਉਸ ਗਾਣੇ ਦਾ ਡਿਸਲਾਈਕ ਵੱਜਾ ਮੇਰੇ ਦੋਸਤ ਨੇ ਮਾਰਿਆ ਡਿਸਲਾਈਕ ਤੇ ਹੈ ਵੀ ਮੇਰਾ ਕਲੋਜ਼ ਫਰੈਂਡ ਹੀ ਚਲੋ ਉਦੋਂ ਮੈਨੂੰ ਸਮਝ ਆਈ ਕਿ ਜਿਹੜੇ ਆ ਵੀਰ ਜਿਹੜੇ ਡਿਸਲਾਈਕ ਆਏ ਹਨ ਇਹ ਜਾਂ ਦੋਸਤ ਜਾਂ ਰਿਸ਼ਤੇਦਾਰ ਜਾਂ ਦੋਸਤ ਹੋ ਸਕਦੇ ਜਾਂ ਰਿਸ਼ਤੇਦਾਰ ਹੋ ਸਕਦੇ ਆ ਦੋਸਤ ਚਲੋ ਰੱਬ ਦੀ ਕਿਰਪਾ ਨਾਲ ਚੰਗੇ ਹੈਗੇ ਆ ਇੱਕ ਅੱਧਾ ਮਾਲਾ ਨਿਕਲ ਹੁੰਦਾ ਚਲੋ ਕੋਈ ਗੱਲ ਨਹੀਂ ਮਾਲਕ ਭਲਾ ਕਰੇ ਤੇ ਉਹ ਡਿਸਲਾਈਕ ਮਾਰੇ ਆ ਉਹਨੇ ਮੈਂ ਤੂੰ ਕੰਨਾ ਨਹੀਂ ਸੁਣਿਆ ਤੇ ਕਹਿੰਦਾ ਨਹੀਂ ਉਹ ਕਰਦਿਆਂ ਸੁਣਿਆ ਯਾਰ ਸੁਣਿਆ ਹੁਣ ਆ ਬੱਚਿਆਂ ਸੁਣਿਆ ਹੋਏਗਾ ਸ਼ਾਇਦ ਤੇ ਡਿਸਲਾਈਕ ਮੈਂ ਹੋ ਨਾ ਕੀਤਾ ਹੋਣਾ ਕਹਿੰਦਾ ਮੇਰਾ ਦਿਲ ਕਰੇ ਕਿ ਨੂੰ ਗਾਲਾਂ ਕੱਢਾਂ ਮੈਂ ਪਰ ਚਲੋ ਗੁੱਸਾ ਪੀ ਗਿਆ ਚਲੋ ਨਹੀਂ ਪਸੰਦ ਆਇਆ ਹੋਣਾ ਤੇ ਅਨ ਡਿਸਲਾਈਕ ਕਰਤਾ ਫਿਰ ਮੈਂ ਉੱਥੇ ਵੀਡੀਓਜ਼ ਆਪਣੀਆਂ ਵੇਖੀਆਂ ਹੋਰ ਉੱਥੇ ਹੀ ਆਪਣੀਆਂ ਸਾਰੀਆਂ ਵੀਡੀਓਜ਼ ਵੇਖੀਆਂ ਸਾਰਿਆਂ ਦਾ ਡਿਸਲਾਈਕ ਵਜਿਆ ਮੈਂ ਯਾਰ ਇਹ ਨਾ ਤੂੰ ਨਫ਼ਰਤ ਕਰਦਾ ਤੂੰ ਸਾਹਮਣੇ ਬੋਲ ਦਿਆ ਕਰੀ ਤੈਨੂੰ ਨਹੀਂ ਬਾਜ ਵਧੀਆ ਲੱਗਦੀ ਤੂੰ ਦੇਖਦਾ ਕਿਉਂ ਨਹੀਂ ਵਧੀਆ ਲੱਗਦੀ ਤੂੰ ਸਾਰੇ ਡਿਸਲਾਈਕ ਮਾਰੇ ਫਿਰ ਉੱਥੋਂ ਮੈਂ ਇੱਕ ਨਾ ਇਹ ਸੋਚ ਮੈਂ ਸੋਚੀ ਕਿ ਜਿਹੜੇ ਡਿਸਲਾਈਕ ਕਰਦੇ ਆ ਨਾ ਇਹ ਆਪਣੀ ਹੁਣੇ ਆ ਜਿਹੜੇ ਬਾਕੀ ਲੋਕਾਂ ਨੇ ਇਹਨਾਂ ਲਾਈਕ ਕੀਤਾ ਬਹੁਤ ਐਪਰੀਸ਼ੀਏਟ ਕੀਤਾ ਹੈ ਕਿ ਗਾਣਾ ਬੜਾ ਵਧੀਆ ਆ ਪਹਿਲਾ ਗਾਣਾ ਰਿਕਾਰਡ ਕਰਵਾਇਆ ਇਹ ਤੇ ਵੀਡੀਓ ਵੀ ਕਾਫੀ ਜਿਹੜੇ ਲੋਕਾਂ ਨੇ ਐਪਰੀਸ਼ੀਏਟ ਕੀਤੀ ਵਧੀਆ ਵਧੀਆ ਸੁਰੀਲੇ ਬੰਦਿਆਂ ਨੇ ਜਿਹੜੇ ਅੱਛੇ ਕਲਾਕਾਰ ਨੇ ਤੇ ਉਹਨਾਂ ਨੇ ਫੋਨ ਵੀ ਕੀਤਾ ਬੜੀ ਤਾਰੀਫ ਕੀਤੀ ਪਰ ਜਿਹੜੇ ਡਿਸਲਾਈਕ ਹੀ ਹੋ ਤਾਂ ਮੈਨੂੰ ਪਤਾ ਲੱਗ ਗਿਆ ਕਿ ਇਹ ਆਪਣੇ ਆਲੇ ਦੇ ਵਾਲੇ ਜਿਹੜੇ ਬੰਦੇ ਆ ਨਾ ਉਹੀ ਨੇ ਜਿਹੜੇ ਪ੍ਰਸ਼ਾਸਨ ਦੇ ਜਿਹੜੇ ਸੁਣਨ ਵਾਲੇ ਨੇ ਜਿਨ੍ਹਾਂ ਤੋਂ ਉਮੀਦ ਨਹੀਂ ਨਾ ਹੁੰਦੀ ਉਹ ਇਸ ਤਰ੍ਹਾਂ ਕਰਦੇ ਆ ਤੇ ਤੁਸੀਂ ਬਚ ਕੇ ਰਹੇ ਹੋ ਦਰਫ ਫਰੈਂਡਾਂ ਤੋਂ ਤੇ ਬਾਕੀ ਲੋਕਾਂ ਨੇ ਬਹੁਤ ਜ਼ਿਆਦਾ ਮਲਕ ਪਸੰਦ ਕੀਤਾ ਸੀ ਬੜਾ ਪਿਆਰ ਮੁਹੱਬਤ ਦਿੰਦੇ ਨੇ ਅਜੇ ਤੱਕ ਕੋਈ ਵੀ ਵੀਡੀਓ ਪਾ ਦੀਆਂ ਫੇਸਬੁਕ ਤੇ ਸ਼ਾਇਦ ਤੁਸੀਂ ਨਹੀਂ ਵੇਖੀ ਹੋਏਗੀ ਪਰ ਚਾਂਦਗੂ ਜਿਹੜੇ ਇੱਕ ਦੋ ਫੈਨ ਹੈਗੇ ਨੇ ਤੇ ਜਿਹੜੇ ਪਸੰਦ ਕਰਦੇ ਨੇ ਸੋ ਥੈਂਕ ਯੂ ਪੂਰੀ ਵੀਡੀਓ ਵੇਖਣ ਵਾਸਤੇ ਚੱਲਣ ਵਾਸਤੇ ਨਾ ਸਰ ਤੇ ਇਨਾ ਇਨਾ ਚੱਲਿਆ ਤੁਸੀਂ ਤੇ ਜੇ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਹਾਂ ਭੁੱਲਣ ਦੋ ਲਾਈਕ ਜੇ ਤੁਹਾਡੀ ਲਾਈਵ 'ਚ ਵੀ ਇਦਾਂ ਕੋਈ ਇਨਸੀਡੈਂਟ ਹੋਇਆ ਤੇ ਜਰੂਰ ਕਮੈਂਟ ਕਰਿਓ ਤੇ ਚਲੋ ਓਕੇ ਬਾਏ ਟਾਟਾ ਥੈਂਕ ਯੂ ਥੈਂਕ ਯੂ ਸੋ ਮਚ ਤੇ ਲਾਈਕ ਕਰਨਾ ਨਾ ਭੁੱਲਣਾ ਓਕੇ ਬਾਏ ਬਾਏ